बाजियां होंगे वो सधारणता समझिया नहीं जा सकती जी। आपको पता होगा कि ये चोणा तो पहला हरियाणे की विधानसभा चोणा तो पहला दो बड़े अहम घटनाक्रम हुए। पहला घटनाक्रम तो यह भी वो जो कातिल बलात्कारी साध है ठीक है वो जो अंधविश्वासी वागा भी हरियाणा च बहुत वोटा ने और एक तरह ना सरकार ही बना ठीक है कि हरियाणे के लिया केजरीवाल भाजपा इन्हू जमानत से रिहा किया। हुण सधारण तो बंदे नूं इह लगदा कि यार भी इह तां भाजपा दे खिलाफ नहीं भाजपा दे खिलाफ नहीं जिहड़ा बंदा इह कहिंदा वी हम तो जमांदरू जनसंघी हैं वह बंदा भाजपा जां राष्ट्रीय स्वयं सेवक संघ के खिलाफ किवें जा सकदा इहनूं भेजा सी उत्थे कांग्रेस दीआं वोटां तोड़न वास्ते। बिल्कुल इह गल राहुल गांधी नूं वी गल समझी आ उहनें वी और उहनें इहनूं झाड़ा वी पाईआं वी इह तुहाडी सारी जिहड़ी इह खेड खराब कीती होई है कि तुसीं लोकां नूं नाल लैके नहीं चले तुसीं आप इक दूजे दे जुंडे पटदे रहे। ਕਹਿੰਦੇ ਸੀਗੇ ਵੀ ਹਰਿਆਣੇ 'ਚ ਤਾਂ ਬਹੁਤ ਪ੍ਰਚਾਰ ਕਰਦਾ ਅਤੇ ਨੋਟ ਕਹਿੰਦੇ ਬੜੇ ਖਰਚੇ ਆ ਅਤੇ ਨੋਟਾਂ ਦੇ ਹਿਸਾਬ ਨਾਲ ਕਹਿੰਦੇ ਵੋਟ ਪੈਣੀ ਹੈ ਤਾਂ ਨੋਟਾਂ ਤੋਂ ਵੀ ਘੱਟ ਪੈ ਗਈ। ਦੇਖੋ ਗੱਲ ਇਹ ਹੈਗੀ ਹੈ ਆਮ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ। ਲੋਕਾਂ ਨੂੰ ਇਹ ਲੱਗਦਾ ਹੁੰਦਾ ਕਿ ਜੋ ਕੁਛ ਕੋਈ ਆਗੂ ਕਹਿ ਰਿਹਾ ਜਾਂ ਦਾਅਵੇ ਕਰ ਰਿਹਾ ਜੀ ਹੈ ਨਾ ਜਾਂ ਉਹ ਭਾਜਪਾ ਨੂੰ ਨਿੰਦ ਰਿਹਾ ਜਾਂ ਭਾਜਪਾ ਦੇ ਖਿਲਾਫ਼ ਭੁਗਤ ਰਿਹਾ ਜਿਹੜੀ ਅੰਦਰਲੀਆਂ ਤਿਕੜਮਬਾਜ਼ੀਆਂ ਹੁੰਦੀਆਂ ਉਹ ਸਧਾਰਨਤਾ ਸਮਝੀਆਂ ਨਹੀਂ ਜਾ ਸਕਦੀਆਂ ਜੀ। ਆਪ ਨੂੰ ਪਤਾ ਹੋਵੇਗਾ ਕਿ ਇਹ ਚੋਣਾਂ ਤੋਂ ਪਹਿਲਾਂ ਹਰਿਆਣੇ ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋ ਬੜੇ ਅਹਿਮ ਘਟਨਾਕ੍ਰਮ ਹੋਏ। ਪਹਿਲਾ ਘਟਨਾਕ੍ਰਮ ਤਾਂ ਇਹ ਸੀ ਵੀ ਉਹ ਜਿਹੜਾ ਕਾਤਿਲ ਬਲਾਤਕਾਰੀ ਸਾਧ ਹੈ ਠੀਕ ਹੈ ਉਹਦੇ ਜਿਹੜਾ ਅੰਧਵਿਸ਼ਵਾਸੀ ਵਾਗਾ ਉਹਦੀਆਂ ਹਰਿਆਣੇ 'ਚ ਬਹੁਤ ਵੋਟਾਂ ਨੇ ਔਰ ਇੱਕ ਤਰ੍ਹਾਂ ਨਾਲ ਉਹ ਸਰਕਾਰ ਹੀ ਬਣਾਉਂਦਾ ਠੀਕ ਹੈ ਔਰ ਕੋਈ ਵੀ ਹਕੂਮਤ ਆਵੇ ਉਹਦਾ ਪੂਰਾ ਦਬਦਬਾ ਹੁੰਦਾ ਔਰ ਹਕੂਮਤ ਦੀ ਉਹ ਬਾਂਹ ਮਰੋੜ ਕੇ ਰੱਖਦਾ ਜੇ ਕੋਈ ਬਹੁਤ ਨਾਮ ਕੋਈ ਉਹਦੀ ਗੱਲ ਮੰਨੇ ਤਾਂ ਉਹ ਧੌਣ ਦੇ ਗੋਡਾ ਵੀ ਰੱਖ ਲੈਂਦਾ ਕੋਈ ਅਦਾਲਤ ਉਹਦੇ ਵਾਸਤੇ ਨਹੀਂ ਕੋਈ ਕਾਨੂੰਨ ਉਹਦੇ ਵਾਸਤੇ ਨਹੀਂ ਕੋਈ ਸਰਵਉੱਚ ਅਦਾਲਤ ਉਹਦੇ ਵਾਸਤੇ ਨਹੀਂ ਕੋਈ ਚੀਜ਼ ਮਾਨੀ ਨਹੀਂ ਰੱਖਦਾ ਕਿਉਂਕਿ ਉੱਤੋਂ ਤੋਂ ਲੈ ਕੇ ਹੇਠਾਂ ਤੱਕ ਜਿਹੜੇ ਲੋਕ ਸਿਆਸੀ ਨੇ ਸੱਤਾਧਾਰੀ ਨੇ ਉਹਨਾਂ ਦੇ ਮਫਾਦ ਉਹਦੇ ਨਾਲ ਜੁੜੇ ਹੋਏ ਪਹਿਲਾਂ ਤਾਂ ਉਹਨੂੰ ਪੈਰੋਲ 'ਤੇ ਰਿਹਾ ਕੀਤਾ ਗਿਆ ਜੀ ਠੀਕ ਹੈ ਉਹਦਾ ਉਹ ਜਿਹੜਾ ਪੈਰੋਲ 'ਤੇ ਰਿਹਾ ਕਰਨਾ ਹੁੰਦਾ ਉਹਦੀਆਂ ਚਮ ਖੁਸ਼ੀਆਂ ਪੂਰੀਆਂ ਕਰਨ ਵਾਸਤੇ ਕੀਤਾ ਜਾਂਦਾ ਠੀਕ ਤਾਂ ਕਿ ਉਹ ਹਰ ਤਰ੍ਹਾਂ ਦੀ ਐਸ਼ੋ ਆਰਾਇਸ਼ ਇੱਕੀ ਦਿਨ ਕਰ ਸਕੇ ਔਰ ਆਪਣਾ ਜੋ ਆਪਣੀ ਕਾਮਲੀਲਾ ਜੋ ਆਪਣਾ ਕੁਪੱਤ ਸੰਗ ਆ ਉਹ ਸਾਰਾ ਕੁਛ ਕਰ ਸਕੇ ਉਹ ਖੁੱਲਾ ਛੱਡ ਗਿਆ। ਬਿਲਕੁਲ ਦੂਜੇ ਪਾਸੇ ਕੀ ਹੋਇਆ ਕਿ ਹਰਿਆਣੇ ਦੇ ਵਿੱਚ ਲਿਆਂਦਾ ਕੇਜਰੀਵਾਲ ਨੂੰ ਭਾਜਪਾ ਨੇ ਇਹਨੂੰ ਜ਼ਮਾਨਤ 'ਤੇ ਰਿਹਾ ਕੀਤਾ। ਹੁਣ ਸਧਾਰਨ ਤਾਂ ਬੰਦਿਆਂ ਨੂੰ ਇਹ ਲੱਗਦਾ ਕਿ ਯਾਰ ਵੀ ਇਹ ਤਾਂ ਭਾਜਪਾ ਦੇ ਖਿਲਾਫ਼ ਨਹੀਂ ਭਾਜਪਾ ਦੇ ਖਿਲਾਫ਼ ਨਹੀਂ ਜਿਹੜਾ ਬੰਦਾ ਇਹ ਕਹਿੰਦਾ ਵੀ ਹਮ ਤੋ ਜਮਾਂਦਰੂ ਜਨਸੰਘੀ ਹੈ ਉਹ ਬੰਦਾ ਭਾਜਪਾ ਜਾਂ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਖਿਲਾਫ਼ ਕਿਵੇਂ ਜਾ ਸਕਦਾ ਇਹਨੂੰ ਭੇਜਿਆ ਸੀ ਉੱਥੇ ਕਾਂਗਰਸ ਦੀਆਂ ਵੋਟਾਂ ਤੋੜਨ ਵਾਸਤੇ। ਬਿਲਕੁਲ ਜਦਕਿ ਜਿੰਨੀਆਂ ਵੀ ਮਤਲਬ ਪੇਸ਼ੀਨ ਗੋਈਆਂ ਕੀਤੀਆਂ ਜਿਹੜੀਆਂ ਐਗਜ਼ਿਟ ਪੋਲਸ ਦੀਆਂ ਉਹਦੇ 'ਚ ਕਾਂਗਰਸ ਸਰਕਾਰ ਬਣਾਉਂਦੀ ਸੀ ਜੀ ਪਰ ਬਹੁਤ ਸਾਰੀਆਂ ਇਹਦੇ ਵਿੱਚ ਤਿਕੜਮਬਾਜ਼ੀਆਂ ਹੋਈਆਂ ਈ ਵੀ ਐਮ ਮਸ਼ੀਨਾਂ ਬਾਰੇ ਵੀ ਜਿਹੜੀ ਹੈ ਕਾਂਗਰਸ ਪਾਰਟੀ ਕਹਿ ਰਹੀ ਹੈ ਕਿ ਇਹਦੇ 'ਚ ਵੀ ਗੜਬੜ ਕੀਤੀ ਗਈ ਹੈ ਨਹੀਂ ਤਾਂ ਐਡਾ ਮੋਟਾ ਦਾਅਵਾ ਨਹੀਂ ਕੋਈ ਕਰਦਾ ਹੁੰਦਾ ਕਿ ਜੀ ਅਸੀਂ ਤੀਜੀ ਵਾਰੀ ਸਰਕਾਰ ਬਣਾਵਾਂ ਉਹਨਾਂ ਕੋਲ ਕਿਹੜਾ ਮੀਟਰ ਸੀਗਾ। ਬਿਲਕੁਲ ਠੀਕ ਔਰ ਦੂਸਰੀ ਗੱਲ ਇਹ ਦੋਨੇ ਬੰਦਿਆਂ ਨੇ ਜਿਹੜਾ ਕੰਮ ਕੀਤਾ ਉਹ ਕਾਂਗਰਸ ਦੇ ਅਗੇਂਸਟ ਕੀਤਾ ਔਰ ਕਾਂਗਰਸ ਦੀ ਫੁੱਟਜ ਵੀ ਜਿਹੜੀ ਹੈ ਉਹਦੇ ਹਾਰ ਦਾ ਕਾਰਨ ਬਣੀ ਹੈ ਕਿਉਂਕਿ ਜਿਹੜੀ ਕੁਮਾਰੀ ਸ਼ੈਲਜਾ ਸੀ ਉਹ ਇਹ ਚਾਹੁੰਦੀ ਸੀ ਮੈਂ ਮੁੱਖ ਮੰਤਰੀ ਬਣਾ ਭੁਪਿੰਦਰ ਸਿੰਘ ਹੁੱਡਾ ਚਾਹੁੰਦੇ ਸੀ ਮੈਂ ਮੁੱਖ ਮੰਤਰੀ ਬਣਾ ਔਰ ਇਹਨਾਂ ਦੀ ਜਿਹੜੀ ਆਪਸੀ ਪਾਟੋ ਧਾੜ ਸੀ ਉਹਦੇ ਨਾਲ ਇਹਨਾਂ ਨੇ ਵੋਟਾਂ ਤੋੜ ਲਈਆਂ ਜਿਹੜੇ ਵੀ ਜਾਟ ਵੋਟਾਂ ਸੀਗੀਆਂ ਉਹ ਭੁਪਿੰਦਰ ਸਿੰਘ ਹੁੱਡਾ ਨੂੰ ਕੋਈ ਵੋਟ ਨਹੀਂ ਪਾਈ ਉਹਨਾਂ ਨੇ। ਬਿਲਕੁਲ ਠੀਕ ਨਹੀਂ ਬਾਈ ਔਰ ਜੇ ਕਿਤੇ ਇਹਨਾਂ ਦੀ ਯਕਜਹਿਤੀ ਹੁੰਦੀ ਕਿ ਏਕਤਾ ਹੁੰਦੀ ਤਾਂ ਕਾਂਗਰਸ ਪਾਰਟੀ ਹਾਰਦੀ ਨਹੀਂ ਸੀ। ਚਲੋ ਜੇ ਮੰਨ ਲਓ ਕਿਤੇ ਗੜਬੜ ਵੀ ਹੋਈ ਆ ਪਰ ਉਹ ਗੜਬੜ ਏਡੇ ਵੱਡੇ ਸਕੇਲ ਤੇ ਨਹੀਂ ਹੋ ਸਕਦੀ ਹਨਾ ਕਿ ਇਹ ਮਤਲਬ ਸਰਕਾਰ ਜਿਹੜੀ ਆ ਉਹ ਭਾਜਪਾ ਬਣਾ ਜਾਂਦੀ। ਇਹ ਗੱਲ ਰਾਹੁਲ ਗਾਂਧੀ ਨੂੰ ਵੀ ਗੱਲ ਸਮਝੀ ਆ ਉਹਨੇ ਵੀ ਔਰ ਉਹਨੇ ਇਹਨਾਂ ਨੂੰ ਝਾੜਾਂ ਵੀ ਪਾਈਆਂ ਵੀ ਇਹ ਤੁਹਾਡੀ ਸਾਰੀ ਜਿਹੜੀ ਇਹ ਖੇਡ ਖਰਾਬ ਕੀਤੀ ਹੋਈ ਹੈ ਕਿ ਤੁਸੀਂ ਲੋਕਾਂ ਨੂੰ ਨਾਲ ਲੈ ਕੇ ਨਹੀਂ ਚੱਲੇ ਤੁਸੀਂ ਆਪ ਦੇ ਇੱਕ ਦੂਜੇ ਦੇ ਜੁੰਡੇ ਪੱਟਦੇ ਰਹੇ ਉਹਦਾ ਨਤੀਜਾ ਤਾਂ ਹੁਣ ਚੜਾਏਗਾ ਸਾਹਮਣੇ ਆ ਗਿਆ। ਅਰਵਿੰਦ ਕੇਜਰੀਵਾਲ ਸੀ ਜਿਹੜਾ ਉਹ ਬੜਾ ਛਾਤਰ ਬੰਦਾ ਉਹਨੂੰ ਜਿਹੜੀ ਜ਼ਮਾਨਤ ਦਿੱਤੀ ਗਈ ਉਹ ਦਿੱਤੀ ਇਸ ਕਰਕੇ ਗਈ ਕਿ ਤੂੰ ਜਾ ਕੇ ਖਲਾਰਾ ਪਾਉਣਾ ਔਰ ਉਹ ਹਮੇਸ਼ਾ ਜਿੱਥੇ ਵੀ ਕਿਤੇ ਚੋਣ ਹੁੰਦੀ ਹੈ ਉਹ ਕਿਤੇ ਕਾਂਗਰਸ ਨਾਲ ਸਮਝੌਤਾ ਨਹੀਂ ਕਰਦਾ ਉਹ ਕੱਲਾ ਚੋਣਾਂ ਲੜਦਾ ਉਹ ਕੱਲਾ ਕੀ ਕਰਦਾ ਉਹ ਵੋਟਾਂ ਤੋੜਦਾ ਵੋਟਾਂ ਨਾਲ ਤਾਂ ਮਤਲਬ ਤੁਸੀਂ ਦੇਖੋ ਨਾ ਜਿੱਥੇ ਕੋਈ 7,000 ਦੇ ਫਰਕ ਦੇ ਜਿੱਤਿਆ ਉੱਥੇ ਬਹੁਤ ਥੋੜਾ ਫਰਕ ਹੈ ਇਹਦਾ ਮਤਲਬ ਉੱਥੇ ਬਹੁਤ ਸਾਰੀਆਂ ਵੋਟਾਂ ਟੁੱਟੀਆਂ ਨੇ ਹੁਣ ਇਹ ਕੰਮ ਉਹ ਲੱਗਿਆ ਹੋਇਆ ਕਰਨ ਔਰ ਦੂਸਰੀ ਗੱਲ ਦੇਖੋ ਕਿ ਅਰਵਿੰਦ ਕੇਜਰੀਵਾਲ ਜਿਹੜਾ ਹੈਗਾ ਉਹ ਪੰਜਾਬ 'ਚ ਵੀ ਰਾਜ ਕਰ ਰਿਹਾ ਦਿੱਲੀ 'ਚ ਵੀ ਉਹ ਆਪਸੀ ਦੇ ਜ਼ਰੀਏ ਰਾਜ ਕਰ ਰਿਹਾ ਔਰ ਦਿੱਲੀ ਵਾਲਾ ਉਹ
ਕਹਿੰਦਾ ਸੀਗਾ ਕਿ ਇੱਕ ਪਾਸੇ ਦਿੱਲੀ ਹੈ ਇੱਕ ਪਾਸੇ ਪੰਜਾਬ ਹੈ ਔਰ ਮੈਂ ਉਹੀ ਫਾਰਮੂਲਾ ਜਿਹੜਾ ਪੰਜਾਬ 'ਚ ਵਰਤਿਆ ਉਹੀ ਮੈਂ ਹਰਿਆਣੇ 'ਚ ਵਰਤੂੰਗਾ ਔਰ ਇੱਥੇ ਵਿਕਾਸ ਦੀ ਮੈਂ ਨੇਰੀ ਲਿਆ ਦੂੰਗਾ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਹਨੇ ਇੱਥੇ 1100 ਰੁਪਇਆ ਦੇਣ ਦੀ ਗੱਲ ਨਹੀਂ ਕੀਤੀ ਬਿਲਕੁਲ ਜੀ ਉਹ ਕਿਉਂ ਨਹੀਂ ਕੀਤੀ ਉਹ ਇਸ ਕਰਕੇ ਨਹੀਂ ਕੀਤੀ ਕਿ ਪੰਜਾਬ 'ਚ ਤਾਂ ਦੇ ਨਹੀਂ ਸਕਿਆ ਔਰ ਪੰਜਾਬ 'ਚ ਜਿੰਨੀਆਂ ਉਹਦੀਆਂ ਗਰੰਟੀਆਂ ਸਾਰੀਆਂ ਫੇਲ ਹੋਈਆਂ ਉਹਨੇ ਕਿਹਾ ਸੀ ਸਾਰੇ ਬੱਚਿਆਂ ਨੂੰ ਮੁਫ਼ਤ ਪੜ੍ਹਾਈ ਦੀ ਗਰੰਟੀ ਦੇਵਾਂਗੇ ਠੀਕ 1100 ਰੁਪਇਆ ਹਰ ਔਰਤ ਨੂੰ ਮਿਲੇਗਾ ਹਰ ਮਹੀਨੇ ਬਿਲਕੁਲ 2.5 ਸਾਲ ਤੋਂ ਜ਼ਿਆਦਾ ਹੋ ਗਿਆ ਸਰਕਾਰ ਬਣੀ ਨੂੰ ਨਹੀਂ ਦਿੱਤੇ ਫਿਰ ਉਹਨੇ ਕਿਹਾ ਜਿਹੜਾ ਹੜ੍ਹ ਦੇ ਵਿੱਚ ਲੋਕਾਂ ਦਾ ਨੁਕਸਾਨ ਹੋਇਆ ਪੂਰੀ ਭਰਪਾਈ ਕਰਾਂਗੇ ਨਹੀਂ ਝੋਨਾ ਮੰਡੀਆਂ 'ਚੋਂ ਚੱਕੀਆਂ ਨਹੀਂ ਜਾ ਰਿਹਾ ਇੱਥੋਂ ਤੱਕ ਜਿਹੜਾ ਪਿਛਲੇ ਸਾਲ ਵਾਲਾ ਝੋਨਾ ਹੈ ਉਹ ਵੀ ਚੱਕਿਆ ਉਹ ਵੀ ਨਹੀਂ ਚੱਕਿਆ ਠੀਕ ਔਰ ਖਾਦਾਂ ਦੀ ਜਿਹੜੀ ਦੁਰਗਤ ਹੋ ਰਹੀ ਹੈ ਜਿਹੜੀਆਂ ਜਾਅਲੀ ਖਾਦਾਂ ਵਿਕ ਰਹੀਆਂ ਵੱਖਰੀ ਗੱਲ ਹੈ ਕਿਹੜਾ ਮਤਲਬ ਮੁਲਾਜ਼ਮ ਵਰਗਾ ਜਿਹੜਾ ਆ ਕੇ ਹੜਤਾਲ 'ਤੇ ਨਹੀਂ ਬੈਠਾ ਦੀ ਕੰਪਿਊਟਰ ਅਧਿਆਪਕ ਨੇ ਕੰਪਿਊਟਰ ਟੀਚਰ ਨੇ ਪ੍ਰੋਫੈਸਰ ਨੇ ਉਹ ਅਲੱਗ ਹੜਤਾਲਾਂ ਕਰੀ ਜਾਂਦੇ ਆਂਗਨਵਾੜੀ ਵਰਕਰ ਜਿਹੜੇ ਨੇ ਉਹ ਤਰਨ ਤਾਰਨ ਧਰਨਾ ਲਾ ਕੇ ਵਿਚਾਰੀਆਂ ਬੈਠੀਆਂ ਨੇ ਔਰ ਜਿਹੜੇ ਕਿਸਾਨ ਨੇ ਉਹ ਹੁਣ ਸੜਕਾਂ 'ਤੇ ਲੰਮੇ ਪਏ ਨੇ ਅਤੇ ਉਹ ਰੇਲਵੇ ਲਾਈਨਾਂ 'ਤੇ ਲੰਮੇ ਪਏ ਨੇ ਇਹ ਹਾਲ ਆ ਉਹਦਾ ਔਰ ਉੱਥੋਂ ਦੇ ਹਰਿਆਣੇ ਦੇ ਲੋਕਾਂ ਨੇ ਸਮਝ ਲਿਆ ਵੀ ਇਹ ਬੰਦਾ ਠੱਗ ਹੈ ਕਿਉਂਕਿ ਗੁਆਂਢੀ ਨੂੰ ਗੁਆਂਢੀ ਦਾ ਪਤਾ ਨਹੀਂ ਹੁੰਦਾ ਮੇਰੇ ਗੁਆਂਢ ਦੇ ਵਿੱਚ ਮੇਰੇ ਘਰ ਦੇ ਨਾਲ ਕੀ ਹੋ ਰਿਹਾ ਮੈਨੂੰ ਪਤਾ ਨਹੀਂਗਾ ਔਰ ਹਰਿਆਣੇ ਦੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਪੰਜਾਬ 'ਚ ਕਿੱਡਾ ਵੱਡਾ ਠੱਗ ਹੈ ਔਰ ਸਿਰਫ ਇੱਕ ਭਗਵੰਤ ਮਾਨ ਨੂੰ ਕਿਉਂਕਿ ਉਹਦੇ ਕੋਲੇ ਕੋਈ ਹੋਰ ਲਿਆਕਤ ਹੈ ਨਹੀਂ ਗੀ ਕੋਈ ਉਹਦੇ ਕੋਲੇ ਯੋਗਤਾ ਨਹੀਂ ਗੀ ਇਹ ਬੰਦਾ IRS ਹੈ ਅਸ਼ਾਤਰ ਹੈ ਔਰ ਇਹ ਕਹਿੰਦਾ ਇਹ ਆਪ ਖੁਦ ਕਹਿੰਦਾ ਹੈ ਕਿ ਬਣੀਆਂ ਹੂੰ ਧੰਦਾ ਮੁਝੇ ਕਰਨਾ ਆਤਾ ਹੈ ਜਦੋਂ ਇੱਕ ਬੰਦੇ ਨੇ ਸਵਾਲ ਪੁੱਛਿਆ ਕਿ ਤੂੰ ਸਿਆਸਤ ਨੂੰ ਧੰਦਾ ਸਮਝਦਾ ਫਿਰ ਦੇ ਕੋਲ ਕੋਈ ਜਵਾਬ ਨਹੀਂ ਆਇਆ ਇਹ ਬੰਦੇ ਨੇ ਮਤਲਬ ਕਹਿ ਲਓ ਕਿ ਹਰ ਤਰ੍ਹਾਂ ਦੀ ਲੁੱਟ ਮਚਾਈ ਹੈ ਔਰ ਇਹਦੇ ਆਪਣੇ ਬੰਦੇ ਇਹਦੇ ਆਪਣੇ ਕਾਰਜਕਰਤਾ ਪੰਜਾਬ ਦੇ ਵਿੱਚ ਜਿਹੜੇ ਪਾਰਟੀਆਂ ਬੜੇ ਲੰਮੇ ਸਮੇਂ ਤੋਂ ਜੁੜੇ ਸੀ ਉਹੀ ਕਹਿੰਦੇ ਸੀ 2.5-2.5 ਕਰੋੜ ਰੁਪਇਆ ਲੈ ਕੇ ਲਾਲਾ ਟਿਕਣਾ ਵਿੱਚ ਹੀ ਜਾਂਦਾ ਤੁਹਾਡੇ ਕਹਿਣ ਦਾ ਮਤਲਬ ਹਰਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਨਹੀਂ ਹੋਈ ਹੈ ਜਿੱਤ ਹੋਈ ਹੈ ਐਕਚੁਅਲੀ ਤਾਂ ਜਿੱਤੀ ਹੋਈ ਜਿੱਤੀ ਹੋਈ ਹੈ ਕਿਉਂਕਿ ਜਿਸ ਮਨਸੂਬੇ ਨੂੰ ਲੈ ਕੇ ਉਹ ਚੱਲੀ ਸੀ ਉਹਦੇ ਜੋ ਕਾਮਯਾਬ ਕਾਮਯਾਬ ਹੈ ਔਰ ਆਮ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ।